ਪੰਜਾਬੀ ਵਿਧਾਨ ਸਭਾ ਦੇ ਪੂਰੇ ਸੈਸ਼ਨ ਵਿੱਚ ਮੁਅੱਤਲ ਕੀਤੇ ਗਏ ਆਪ ਨੇਤਾ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਮੁੜ ਸਦਨ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਤਾਂ ਮਾਰਸ਼ਲਾਂ ਵੱਲੋਂ ਉਹਨਾਂ ਦੋਵਾਂ ਨੂੰ ਰੋਕਿਆ ਗਿਆ। ਸਪੀਕਰ ਕੇਪੀ ਰਾਣਾ ਦੇ ਇਸ ਗੱਲ ਦਾ ਇਤਰਾਜ਼ ਜਤਾਉਂਦੇ ਹੋਏ ਦੋਵਾਂ ਨੇਤਾ ਵਿਧਾਨ ਸਭਾ ਦੀ ਬਿਲਡਿੰਗ ਦੇ ਬਾਹਰ ਧਰਨੇ ਉੱਤੇ ਬੈਠ ਗਏ। ਦਸ ਸਾਲ ਪੰਜਾਬ ਨੂੰ ਕੰਗਾਲ ਕੀਤਾ, ਪੰਜਾਬ ਦੇ ਅੰਦਰ ਨਸ਼ੇ ਦੀਆਂ ਨਦੀਆਂ ਵਗਾਈਆਂ ਨੇ, ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਤੋਂ ਵਾਧਾ ਕਰਜ਼ਾ। ਦੇਖੋ ਧੱਕਾ ਮੁੱਕੀ ਅਸੀਂ ਇਹਨਾਂ ਗਰੀਬਾਂ ਦੇ ਨਾਲ ਨੀਗੇ ਜੀ, ਇਹ ਤਾਂ ਵਿਚਾਰੇ ਇੰਪਲੋਈਜ਼ ਨੇ। ਸਾਨੂੰ ਦੁੱਖ ਅਫਸੋਸ ਇਸ ਗੱਲ ਦਾ ਕਿ ਜਦ ਸਪੀਕਰ ਹੀ ਬੇਈਮਾਨ ਹੋ ਗਿਆ, ਤਾਨਾਸ਼ਾਹ ਬਣ ਗਿਆ, ਕੈਪਟਨ ਅਮਰਿੰਦਰ ਸਿੰਘ ਤਾਨਾਸ਼ਾਹ ਬਣ ਗਏ, ਇਹਨਾਂ ਨੂੰ ਐਵੇਂ ਜ਼ਬਾਨੀ ਕਹਿਤਾ ਕਿ ਅੱਜ ਇਹਨਾਂ ਨੂੰ ਬਿਲਡਿੰਗ 'ਚ ਵੀ ਨਹੀਂ ਵੜਨ ਦੇਣ। ਇਹਨਾਂ ਨੂੰ ਹੁਣ ਸਾਡਾ ਬਿਲਡਿੰਗ ਦੇ ਵਿੱਚ ਵੀ ਜਾਣਾ ਇਤਰਾਜ਼ਯੋਗ ਲੱਗਦਾ ਵਾ। ਬਿਲਡਿੰਗ ਨਾ ਤਾਂ ਸਪੀਕਰ ਦੀ ਪਰਸਨਲ ਜਾਇਦਾਦ ਹੈ, ਨਾ ਕੈਪਟਨ ਅਮਰਿੰਦਰ ਸਿੰਘ ਦੀ ਬਿਲਡਿੰਗ ਹੈ, ਇਹ ਬਿਲਡਿੰਗ ਹੈਗੀ 3.5 ਕਰੋੜ ਲੋਕਾਂ ਦੇ ਮੁੱਦੇ ਉਠਾਉਣ ਵਾਸਤੇ, ਕਿਸਾਨਾਂ ਦੇ, ਨਸ਼ਿਆਂ ਦੇ, ਬੇਰੁਜ਼ਗਾਰਾਂ ਦੇ, ਸਤਲੁਜ ਯਮਲਾ ਲਿੰਕ ਦੇ, ਦਲਿਤਾਂ ਦੇ, ਗਰੀਬਾਂ ਦੇ। ਇਹਨਾਂ ਕੋਈ ਹੁਕਮ ਨਹੀਂ ਗਾ ਹਾਲੇ ਤੱਕ। ਸਾਨੂੰ ਜਿਹੜਾ ਹੁਕਮ ਦਿਖਾਇਆ ਸੀ, ਜਿਹੜਾ ਅਸੀਂ ਹੁਣੇ ਪਾੜਿਆ ਵਾ, ਇਹਦੇ 'ਤੇ ਕੋਈ ਸਾਈਨ ਨਹੀਂ ਸਪੀਕਰ ਦੇ। ਔਰ ਸਾਨੂੰ ਜਵਾਨੀ ਕਲਾਮੀ ਇਹਨਾਂ ਦੇ ਵਿਚਾਰਿਆਂ ਦੇ ਰਾਹੀਂ, ਸਾਡੀ ਇਹਨਾਂ ਨਾਲ ਕੋਈ ਲੜਾਈ ਨਹੀਂ ਗੀ। ਸਾਡੀ ਤਾਂ ਲੜਾਈ ਹੈਗੀ ਆ ਤਾਨਾਸ਼ਾਹੀ ਦੇ ਨਾਲ, ਮਾਫੀਆ ਦੇ ਨਾਲ। ਦੇਖਿਆ ਜਿਹੜਾ ਰੂਲ ਅਸੀਂ ਪਾੜ ਕੇ ਹਟੇ ਹਾਂ ਵਿਦਆਊਟ ਐਨੀ ਸਾਈਨ, ਪਰਮਿਸਿਸ ਤੋਂ ਆਊਟ। ਪਹਿਲਾਂ ਪਰਮਿਸਿਸ ਤੋਂ ਨਹੀਂ, ਜਿੱਥੇ ਬਾਹਰ ਗੱਡੀਆਂ ਦੀ ਚੈਕਿੰਗ ਹੁੰਦੀ ਹੈ ਨਾ ਬਾਹਰ ਮੇਨ ਰੋਡ ਦੇ ਉੱਤੇ, ਪਹਿਲਾਂ ਮੈਨੂੰ ਉੱਥੇ ਰੋਕਿਆ ਗਿਆ ਵੀ ਤੁਸੀਂ ਰੁਕ ਜਾਓ ਜੀ, ਤੁਸੀਂ ਅੰਦਰ ਨਹੀਂ ਜਾ ਸਕਦੇ। ਫਿਰ ਉਹਨਾਂ ਨੂੰ ਵਾਇਰਲੈਸ ਮੈਸੇਜ ਆਉਂਦਾ ਵੀ ਨਹੀਂ, ਇਹਨਾਂ ਨੂੰ ਪਾਰਕਿੰਗ ਤੱਕ ਆ ਲੈਣ ਦਿਓ। ਅਤੇ ਪਾਰਕਿੰਗ ਤੋਂ ਅੱਗੇ ਆ ਜਿਹੜੇ ਸਤਿਕਾਰਯੋਗ ਹੱਥ ਠੋਕਾ ਬਣੇ ਖਾਕੀ ਵਰਦੀ ਵਾਲੇ, ਰੌਲਾ ਕੋਈ ਨਹੀਂ, ਪਰ ਇਹ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਨਹੀਂ ਗੇ। ਇਹ ਸਮਝਦੇ ਹਾਂ ਵੀ ਅਸੀਂ ਕੈਪਟਨ ਦੀ ਜੇਬ 'ਚੋਂ ਤਨਖਾਹ ਲੈਂਦੇ ਹਾਂ, ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਤਨਖਾਹ ਤੁਸੀਂ ਲੋਕਾਂ ਦੇ ਦਿੱਤੇ ਹੋਏ ਟੈਕਸਾਂ ਦੇ ਰੁਪਈਏ 'ਚੋਂ ਤੁਸੀਂ ਤਨਖਾਹ ਲੈਂਦੇ ਹੋ। ਅਸੀਂ ਆਪਣੀ ਆਵਾਜ਼ ਇੱਥੇ ਰੋਕ ਸਕਦੇ ਹਾਂ, ਗਲੀਆਂ ਕੂਚਿਆਂ ਮੁਹੱਲਿਆਂ ਦੇ ਵਿੱਚ ਲੋਕਾਂ ਦੀ ਕਚਹਿਰੀ 'ਚ ਜਾਣ ਤੋਂ ਨਹੀਂ ਸਾਨੂੰ ਰੋਕ ਸਕਦੇ।